ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਕਾ ਮੰਤਰੀ ਧਰਮਸੋਤ ਦਾ ਠੋਕਵਾਂ ਜਵਾਬ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਂ ਹਰ ਪ੍ਰਕਾਰ ਦੀ ਇਨਕੁਆਇਰੀ ਦੇ ਵਾਸਤੇ ਤਿਆਰ ਹਾਂ। ਸਕਾਲਰਸ਼ਿਪ ਮਾਮਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਦਿੱਤੇ ਗਏ ਬਿਆਨ ਦੇ ਉੱਪਰ ਧਰਮਸੋਤ ਨੇ ਵੀ ਠੋਕਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਮਰਜ਼ੀ ਇਨਕੁਆਇਰੀ ਕਰਵਾ ਲਈ ਜਾਵੇ, ਮੈਂ ਉਸ ਦੇ ਵਾਸਤੇ ਤਿਆਰ ਹਾਂ। ਜੇਕਰ ਮੇਰੇ ਵੱਲੋਂ ਇੱਕ ਪੈਸੇ ਦਾ ਵੀ ਕੋਈ ਘਪਲਾ ਕੀਤਾ ਗਿਆ ਹੋਵੇ ਤਾਂ ਮੈਂ ਸਜ਼ਾ ਭੁਗਤਣ ਦੇ ਵਾਸਤੇ ਵੀ ਤਿਆਰ ਹਾਂ। ਧਰਮਸੋਤ ਨੇ ਕਿਹਾ ਕਿ ਮੈਂ ਡੰਕੇ ਦੀ ਚੋਟ 'ਤੇ ਕਹਿੰਦਾ ਹਾਂ ਕਿ ਮੇਰੇ ਵੱਲੋਂ ਇੱਕ ਪੈਸੇ ਦਾ ਵੀ ਘੁਟਾਲਾ ਨਹੀਂ ਕੀਤਾ ਗਿਆ। ਪਹਿਲਾਂ ਵੀ ਦੋ ਸਰਕਾਰਾਂ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਵਾ ਚੁੱਕੀਆਂ ਨੇ, ਜਿੱਥੇ ਕਿ ਧਰਮਸੋਤ ਨੇ ਕਿਹਾ ਕਿ ਪਹਿਲਾਂ ਕੈਪਟਨ ਸਰਕਾਰ ਨੇ ਕਲੀਨ ਚਿੱਟ ਦਿੱਤੀ ਅਤੇ ਮਗਰੋਂ ਚੰਨੀ ਸਰਕਾਰ ਨੇ ਵੀ ਦੁਬਾਰਾ ਮਾਮਲੇ ਦੀ ਇਨਕੁਆਇਰੀ ਕੀਤੀ ਅਤੇ ਦੋਵੇਂ 1 ਰੁਪਏ ਦਾ ਵੀ ਘੁਟਾਲਾ ਸਾਬਿਤ ਨਹੀਂ ਕਰ ਸਕੀਆਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਕਿਹਾ ਸੀ ਕਿ ਸੂਬੇ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਅੰਜਾਮ ਦੇਣ ਵਾਲੇ ਲੋਕ ਜਲਦ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ। ਜਿੱਥੇ ਕਿ ਜਲੰਧਰ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਇਹ ਬਹੁਤ ਹੀ ਘਿਰਾਉਣਾ ਅਤੇ ਨਾ ਮੁਆਫ਼ੀ ਯੋਗ ਅਪਰਾਧ ਹੈ, ਜਿਸ ਕਾਰਨ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਦੇ ਉੱਪਰ ਬਖਸ਼ਿਆ ਨਹੀਂ ਜਾਵੇਗਾ। ਇਸ ਤਰ੍ਹਾਂ ਤੁਹਾਡਾ ਕੀ ਰਿਐਕਸ਼ਨ ਹੈ? ਦੇਖੋ, ਗੱਲ ਇਹ ਹੈ, ਜਲੰਧਰ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ, ਮੈਨੂੰ ਦੱਸਿਆ, ਮੈਂ ਆਪ ਤਾਂ ਨਹੀਂ ਸੁਣਿਆ, ਮੈਨੂੰ ਸਾਰੇ ਚੈਨਲਾਂ ਦਾ ਇਹਦਾ ਮੈਂ ਜਵਾਬ ਵੀ ਦਿੱਤਾ ਹੈ। ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਪਹਿਲਾਂ ਵੀ ਦੋ ਸਰਕਾਰਾਂ, ਕੈਪਟਨ ਸਾਹਿਬ ਦੀ ਸਰਕਾਰ ਨੇ ਔਰ ਚੰਨੀ ਸਾਹਿਬ ਦੀ ਸਰਕਾਰ ਨੇ, ਸਾਰੀ ਇਨਕੁਆਇਰੀ ਕਰਾ ਕੇ ਦੋਨਾਂ ਵੱਲੋਂ ਮੈਨੂੰ ਕਲੀਨ ਚਿੱਟ ਦਿੱਤੀ ਗਈ ਹੈ। ਔਰ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਮੇਰੀ ਬੇਨਤੀ ਹੈ, ਆਪ ਕੋਲ ਬੈਠ ਕੇ, ਆਪ ਰਿਕਾਰਡ ਤੁਹਾਡੇ ਕੋਲ ਆ, ਇਨਕੁਆਇਰੀ ਕਰਾ ਕੇ ਆਪ ਦੇਖ ਕੇ ਜੋ ਵੀ ਮੇਰੇ ਤੱਕ ਲੋੜ ਪਈ, ਮੈਂ ਤੁਹਾਡੇ ਕੋਲ ਆ ਕੇ ਤੁਹਾਡਾ ਸਾਥ ਦਊਂਗਾ ਇਸ ਇਨਕੁਆਇਰੀ 'ਚ। ਕਿਸੇ ਤਰ੍ਹਾਂ ਸਰ ਘੁਟਾਲਾ ਹੋਇਆ, ਤੁਸੀਂ ਪੂਰੀ ਤਰ੍ਹਾਂ ਦਾ ਸਾਥ ਦਊਂਗੇ? ਨਹੀਂ, ਇਨਕੁਆਇਰੀ ਘੁਟਾਲਾ ਹੋਇਆ ਹੀ ਨਹੀਂ, ਇੱਕ ਪੈਸੇ ਦਾ ਘੁਟਾਲਾ ਨਹੀਂ ਹੋਇਆ, ਇਹ ਮੈਂ ਡਾਂਕੇ ਦੀ ਝੂਠ 'ਤੇ ਕਹਿ ਸਕਦਾ। ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲਾ ਹੋਇਆ ਸੀ, ਜਿਸ ਦੇ ਵਿੱਚ ਕਈ ਸਿਆਸਤਦਾਨਾਂ ਦੇ ਨਾਮ ਵੀ ਸ਼ਾਮਲ ਆਏ ਸਨ। ਉਹਨਾਂ ਕਿਹਾ ਕਿ ਜਲਦ ਹੀ ਇਸ ਘਪਲੇ ਦਾ ਮੁੱਖ ਦੋਸ਼ੀ ਜੇਲ੍ਹ 'ਚ ਬਿਹਤਰ ਸਹੂਲਤਾਂ ਦੇ ਲਈ ਅਦਾਲਤਾਂ ਦੇ ਵਿੱਚ ਅਰਜ਼ੀਆਂ ਦਰਜ ਕਰਦਾ ਹੋਇਆ ਨਜ਼ਰ ਆਏਗਾ। ਤਾਂ ਤੁਸੀਂ ਇਸ ਸਾਰੇ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਕੀ ਸੋਚਦੇ ਹੋ? ਇਸ ਦੇ ਬਾਰੇ 'ਚ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਨਾਭਾ ਤੋਂ ਜਗਨਾਰ ਸਿੰਘ ਦੁਲੱਤੀ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।